ਜਗ੍ਹਾ ਤਾਂ ਦੇ ਸਕਦੇ ਉਹਨਾਂ ਨੇ ਆਪਣੇ ਸਿਕਿਉਰਿਟੀ ਗਾਰਡ ਵੀ ਪੂਰੇ ਰੱਖੇ ਹੋਏ ਨਾਲ ਜਿਹੜਾ ਹਾਈਵੇ ਦਾ ਜਾਮ ਕਲੀਅਰ ਕਰਾਉਣ ਲਈ ਮਤਲਬ ਪੂਰੇ ਹਾਈਵੇ ਜਾਮ ਕਰਾ ਦਿੰਦੇ ਆ ਢਾਬਾ ਨੀਟਾ ਚਿਕਨ ਕੋਰਨਰ ਹਾਂ ਜਿਹੜੀ ਨੀਟਾ ਨੀਟਾ ਹੋਈ ਪਈ ਹੈ ਨਾ ਐਵੇਂ ਨਹੀਂ ਹੋਈ ਪਈ ਚਿਕਨ 'ਤੇ ਕੋਈ ਸਵਾਦ ਹੈ ਤਾਂ ਹੋਈ ਪਈ ਹੈ ਜ਼ਿੰਦਗੀ ਸਫਲ ਆ ਦੋਸਤੋ ਜ਼ਿੰਦਗੀ ਸਫਲ ਐਡਾ ਸਵਾਦ ਚਿਕਨ ਆ ਯਾਰ ਇਹ ਵਾਲਾ ਅਤੇ ਮਤਲਬ ਜਿਹੜੀ ਸਨੈਕਸ ਆ ਨਾ ਉਹ ਇੱਦਾਂ ਵਾ ਹਿਸਾਬ ਤੁਸੀਂ ਖਾਈ ਜਾਓ ਤੁਹਾਡਾ ਢਿੱਡ ਭਰ ਜੂਗਾ ਪਰ ਨੀਅਤ ਨਹੀਂ ਭਰੂਗੀ ਖਾ ਕੇ ਹਾਂਜੀ ਮੇਰਾ ਨਾਮ ਤੇਰਾ ਕੀ ਹਾਲ ਚਾਲ ਨੇ ਸਭ ਕੁਝ ਕਮਾਲ ਦੇ ਗਾਈਜ਼ ਅੱਜ ਦੇ ਇਸ ਵਲੌਗ ਤੁਸੀਂ ਸਾਨੂੰ ਇੱਕ ਐਸੇ ਢਾਬੇ ਤੇ ਲੈ ਕੇ ਆਏ ਜਿਹੜਾ ਢਾਬਾ ਕੀ ਇੱਕ ਹਾਈਵੇ ਤੇ ਮੌਜੂਦ ਹੈ ਇਹ ਜਦੋਂ ਤੁਸੀਂ ਆਪਾਂ ਜਲੰਧਰ ਤੋਂ ਦਿੱਲੀ ਜਾਂਦੇ ਆ ਤਾਂ ਮੇਨ ਹਾਈਵੇ ਤੇ ਹੈ ਤੇ ਐਡਾ ਵੱਡਾ ਢਾਬਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਇੱਥੋਂ ਸ਼ੁਰੂ ਹੁੰਦਾ ਇੱਥੋਂ ਸ਼ੁਰੂ ਕਰਕੇ ਉਹ ਉੱਥੇ ਤੱਕ ਜਾਂਦਾ ਢਾਬਾ ਠੀਕ ਹੈ ਤੇ ਮਤਲਬ ਇਹ ਮਤਲਬ ਘੱਟੋ ਘੱਟ 30 ਸਾਲ ਪੁਰਾਣਾ ਇੱਥੇ ਢਾਬਾ ਹੈ ਜੋ ਕਿ ਬਹੁਤ ਹੀ ਮਸ਼ਹੂਰ ਹੈ ਫਗਵਾੜੇ ਦਾ ਨੀਟਾ ਚਿਕਨ ਇਹਨਾਂ ਕੋਲ ਮਤਲਬ ਕਿਹੜੀ ਆਈਟਮ ਮੌਜੂਦ ਨਹੀਂ ਹੈ ਤੰਦੂਰੀ ਚਿਕਨ ਤੋਂ ਲੈ ਕੇ ਫਰਾਈਡ ਫਿਸ਼ ਤੋਂ ਲੈ ਕੇ ਮਟਨ ਦੀ ਗ੍ਰੇਵੀ ਹਰ ਚੀਜ਼ ਇਹਨਾਂ ਕੋਲ ਮੌਜੂਦ ਹੈ ਸੋ ਬਾਕੀ ਹੁਣ ਮੈਂ ਤੋਂ ਰਿਹਾ ਨਹੀਂ ਜਾ ਰਿਹਾ ਐਡੀ ਸੋਹਣੀ ਸਮੈਲ ਆ ਰਹੀ ਹੈ ਸੋ ਹੁਣ ਖਾ ਕੇ ਦੇਖਦੇ ਕਿੱਦਾਂ ਤੁਹਾਨੂੰ ਟੇਸਟ ਸੋ ਇਸੇ ਦੇ ਨਾਲ ਲੈਟਸ ਬੀਗਿਨ ਹਾਈਵੇ ਜਾਮ ਕਰਾਇਆ ਹੁੰਦਾ ਇਸ ਢਾਬੇ ਨੇ ਜਿਹੜੇ ਢਾਬੇ ਨੇ ਹਾਈਵੇ ਜਾਮ ਕਰਾਇਆ ਹੁੰਦਾ ਅੱਜ ਆਪਾਂ ਆਏ ਉੱਧਰ ਜੋ ਕਿ ਹੈ ਨੀਟਾ ਚਿਕਨ ਐਂਡ ਫਿਸ਼ ਕਾਰਨਰ ਜੋ ਕਿ ਤੁਹਾਨੂੰ ਮਿਲ ਜੂਗਾ ਜਲੰਧਰ ਤੇ ਫਗਵਾੜਾ ਹਾਈਵੇ ਦੇ ਵਿੱਚ ਆਪ ਦੇਖ ਲ ਜਾ ਸਕਦੇ ਹੋ ਜਿੰਨਾ ਸਾਰਾ ਰਸ਼ ਹੈ ਸਾਰਾ ਇਹਦਾ ਹੀ ਢਾਬੇ ਦਾ ਰਸ਼ ਹੈ ਤੇ ਕਹਿੰਦਾ ਦੇਖ ਸਕਦੇ ਉਹਨਾਂ ਨੇ ਆਪਣੇ ਸਿਕਿਉਰਿਟੀ ਗਾਰਡ ਵੀ ਪੂਰੇ ਰੱਖੇ ਹੋਏ ਨਾਲ ਜਿਹੜਾ ਹਾਈਵੇ ਦਾ ਜਾਮ ਕਲੀਅਰ ਕਰਾਉਣ ਲਈ ਮਤਲਬ ਪੂਰੇ ਹਾਈਵੇ ਜਾਮ ਕਰਾ ਦਿੰਦੇ ਆ ਉਹ ਢਾਬਾ ਨੀਟਾ ਚਿਕਨ ਕਾਰਨਰ ਆ ਦੇਖੋ ਤੁਸੀਂ ਜਿਹੜੀ ਸਾਰੀ ਤਰ੍ਹਾਂ ਦੀ ਮਤਲਬ ਫਿਸ਼ ਇੱਥੇ ਅਵੇਲੇਬਲ ਹੈ ਅਤੇ ਉਹ ਤੁਸੀਂ ਭਾਜੀ ਲਗਾ ਰਹੇ ਹੈ ਚੈੱਕ ਕਰ ਸਕਦੇ ਹੋ ਲਗਾਉਣ ਦੀ ਸਪੀਡ ਭਾਜੀ ਦੀ ਤਾਂ ਪਿੱਛੇ ਪੂਰਾ ਮੈਨਿਊ ਲੱਗਾ ਹੋਇਆ ਜੋ ਕਿ ਸਾਰੀ ਤਰ੍ਹਾਂ ਦੇ ਇੱਥੇ ਮੱਛੀਆਂ ਜਿਹੜੀਆਂ ਹੈ ਅਵੇਲੇਬਲ ਹੈ ਤਾਂ ਗਾਈਜ਼ ਇਹ ਆਪਣਾ ਜਿਹੜਾ ਤੰਦੂਰੀ ਚਿਕਨ ਆ ਚੁੱਕਾ ਅਤੇ ਜਿੱਦਾਂ ਹੁਣ ਭਾਜੀ ਹੋਰੀ ਦੇਸੀ ਲੈਂਗੁਏਜ ਬੋਲਦੇ ਕਹਿੰਦੇ ਪੀਲਾ ਵਾਲਾ ਤੰਦੂਰੀ ਚਿਕਨ ਅਤੇ ਲਾਲ ਵਾਲਾ ਤੰਦੂਰੀ ਚਿਕਨ ਅਤੇ ਆਪਾਂ ਹੁਣੇ ਮੰਗਾਇਆ ਮਤਲਬ ਸਮੈਲ ਏਡੀ ਵਧੀਆ ਆ ਰਹੀ ਹੈ ਨਾ ਹੁਣ ਰਿਹਾ ਨਹੀਂ ਜਾ ਰਿਹਾ ਹੋਰ ਪਹਿਲਾਂ ਆਪਾਂ ਖਾਂਦੇ ਜਿਹੜਾ ਭਾਜੀ ਹੋਣਾ ਦੇ ਸਾਨੂੰ ਲਾਲ ਵਾਲਾ ਤੰਦੂਰੀ ਚਿਕਨ ਜਿਹੜਾ ਕੀਤਾ ਤਾਂ ਬਹੁਤ ਸਪੈਸ਼ਲ ਆ ਹਾਂ ਜਿਹੜੀ ਨੀਟਾ ਨੀਟਾ ਹੋਈ ਪਈ ਹੈ ਨਾ ਐਵੇਂ ਨਹੀਂ ਹੋਈ ਪਈ ਚਿਕਨ 'ਤੇ ਕੋਈ ਸਵਾਦ ਹੈ ਤਾਂ ਹੋਈ ਪਈ ਹੈ ਐਡਾ ਸਵਾਦ ਗਾਈ ਦਾ ਚਿਕਨ ਹੈ ਨਾ ਕਿਆ ਹੀ ਦੱਸਾਂ ਤੁਹਾਨੂੰ ਹੁਣ 100% ਘੈਂਟ ਚਿਕਨ ਮਤਲਬ 30 ਸਾਲ ਪੁਰਾਣਾ ਚਿਕਨ ਹੈ ਨਾ ਅਤੇ ਟੇਸਟ ਇਹਦਾ ਜਿਹੜਾ ਪਤਾ ਲੱਗਦਾ 30 ਸਾਲ ਪੁਰਾਣਾ ਹੈ ਮਤਲਬ ਚਿਕਨ 30 ਸਾਲ ਪੁਰਾਣਾ ਦੁਕਾਨ 30 ਸਾਲ ਪੁਰਾਣੀ ਚਿਕਨ ਤਾਜ਼ਾ ਹੀ ਹੈ ਅਤੇ ਆਹ ਚਿਕਨ ਮੈਂ ਦਊਂਗਾ 10 ਤੋਂ ਪੂਰੇ 100 ਪੁਆਇੰਟ ਇਹਨੂੰ ਆਪਾਂ ਹੁਣ ਖਾਣੇ ਅਤੇ ਮੁਕਾਉਂਦੇ ਹਾਂ ਅਤੇ ਹੁਣ ਭਾਈ ਹੋਰ ਸਾਨੂੰ ਜਿਹੜਾ ਪੀਲਾ ਵਾਲਾ ਚਿਕਨ ਅਤੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਿਰਾਨੀ ਚਿਕਨ ਪੀਸ ਚੈੱਕ ਕਰ ਸਕਦੇ ਪੀਸ ਪੂਰੇ ਵੱਡੇ ਵੱਡੇ ਹੈ ਖਾ ਕੇ ਦੇਖਦੇ ਹੁਣੀ ਮਤਲਬ ਨਾ ਉੱਪਰ ਦੇਖੋ ਕੋਈ ਹੋਰ ਕੋਟਿੰਗ ਵਗੈਰਾ ਕੀਤੀ ਹੋਈ ਹੈ ਸਵਾਦ ਚੇਂਜ ਕਰਨ ਲਈ ਅਲੱਗ ਹੀ ਚੀਜ਼ ਹੈ ਯਾਰ ਅਲੱਗ ਜਿਹੀ ਸਵਾਦ ਇੱਕ ਵਾਰੀ ਆਉਂਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਸਵਾਦ ਕਿੰਨਾ ਘੈਂਟ ਹਾਈਵੇ ਤੇ ਆਪਾਂ ਖੜੇ ਹਾਂ ਤਾਂ ਪਿੱਛੋਂ ਤੁਹਾਨੂੰ ਬੱਸਾਂ ਦੀ ਬਹੁਤ ਆਵਾਜ਼ ਆ ਰਹੀ ਹੋਊਗੀ ਕਿਉਂਕਿ ਮੇਨ ਹਾਈਵੇ ਤੇ ਇਹ ਢਾਬਾ ਹੈ ਪਿੱਛੋਂ ਚੈੱਕ ਕਰ ਸਕਦੇ ਹੋ ਕਾਫੀ ਵੱਡਾ ਢਾਬਾ ਲਾਈਨ 'ਚ ਇੱਕ ਇੱਕ ਦੁਕਾਨ 'ਚ ਕੱਲਾ ਤੰਦੂਰੀ ਚਿਕਨ ਇੱਕ ਦੁਕਾਨ 'ਚ ਕੱਲਾ ਫਰਾਈਡ ਚਿਕਨ ਇੱਕ ਦੁਕਾਨ 'ਚ ਕੱਲੀ ਮੱਛੀ ਇੱਕ ਦੁਕਾਨ 'ਚ ਕੱਲਾ ਬਾਰਬੀਕਿਊ ਅਤੇ ਚਿਕਨ ਦੇ ਪੀਸ ਕਾਫੀ ਵੱਡੇ ਵੱਡੇ ਫੁੱਲ ਸਟੈਂਡਰਡ ਸਾਈਜ਼ ਦੇ ਪੀਸ ਆ ਇਹ ਵੀ ਕੋਈ ਚੱਕਰ ਨਹੀਂ ਅਤੇ ਰੇਟ ਬਿਲਕੁਲ ਨੋਰਮਲ ਆ ਮੈਂ ਦੇਖੋ ਜਿੰਨੀ ਵਾਰੀ ਇੱਥੇ ਆਉਣਾ ਦਿੱਲੀ ਜਾਣਾ ਹੈ ਆਪਣੇ ਕਾਲਜ ਜਾਣਾ ਚਿਤਕਾਰਾ ਆਪਾਂ ਗੱਡੀ ਥੱਲੇ ਪਾ ਕੇ ਫਿਰ ਉੱਪਰ ਜਾਈਦਾ ਫਲਾਈਓਵਰ ਤੋਂ ਆਪਾਂ ਸਿੱਧਾ ਥੱਲੇ ਆਉਣਾ ਥੱਲੇ ਆ ਕੇ ਨੀਟਾ ਬ੍ਰੇਕ ਲਾਣੀ ਹੈ ਨੀਟਾ ਬ੍ਰੇਕ ਲਾ ਕੇ ਉੱਪਰ ਚੜ੍ਹ ਜਾਣਾ ਵਾ ਕਿੰਨੀ ਜੀ ਗੱਲ ਆ ਨਹੀਂ ਸਵਾਦ ਆਈਟਮ ਸਾਨੂੰ ਖਾਣ ਨੂੰ ਮਿਲ ਜੂਗੀ ਅਤੇ ਕਈ ਸਾਹ ਹੈ ਸਾਡੇ ਵਿੱਚ ਨੀਟਾ ਚਿਕਨ ਦੇ ਆਉਂਦੇ ਅਤੇ ਭਾਈ ਦੱਸੂਗੇ ਮਤਲਬ ਕਿੰਨੀ ਦੇਰ ਹੋ ਗਈ ਆ ਖੁੱਲ੍ਹੇ ਨੂੰ ਦੁਕਾਨ ਇਹ ਵੀ 36 ਸਾਲ ਹੋ ਚੱਲੇ ਜੀ ਖੁੱਲ੍ਹੇ ਮਸ਼ਹੂਰ ਕਿੱਦਾਂ ਹੋਈ ਮਤਲਬ ਇਹ ਦੁਕਾਨ ਕਿ ਜਿਹੜਾ ਬੰਦਾ ਜਲੰਧਰ ਆਉਂਦਾ ਉਹ ਆਈ ਕਹਿੰਦਾ ਵਾ ਨੀਟਾ ਚਿਕਨ ਖਾਣਾ ਫਿਸ਼ ਤੋਂ ਸਟਾਰਟ ਹੋਈ ਸੀ ਜੀ ਉਹਦੇ ਬਾਅਦ 'ਚ ਫਿਰ ਆਪਣਾ ਕੰਟੀਨਿਊ ਕਾਫੀ ਵਰਾਈਟੀ ਰੱਖ ਲਈ ਆਪਾਂ ਚਿਕਨ ਟਿੱਕਾ ਸੀ ਕੌਫ ਤੜੀ ਤੋਂ ਬਾਰਬੀਕਿਊ ਚਿਕਨ ਤੰਦੂਰੀ ਫਿਸ਼ ਪਾਪੂਲਰ ਫਿਸ਼ ਉਹਦੇ ਬਾਅਦ 'ਚ ਫਿਰ ਹੌਲੀ ਹੌਲੀ ਧੀਰੇ ਧੀਰੇ ਅਤੇ ਤੁਹਾਡੇ ਫਾਦਰ ਨੇ ਖੋਲੀ ਸੀ ਦੁਕਾਨ ਹਾਂਜੀ ਸਾਡੇ ਫਾਦਰ ਨਹੀਂ ਐਕਚੁਲੀ ਆਏ ਤਾਂ ਆਪਾਂ ਪਾਕਿਸਤਾਨ ਤੋਂ ਹੈਗੇ ਹਾਂ ਜਦੋਂ ਡਿਵਾਈਡ ਹੋ ਗਿਆ ਸੀ ਉਹਦੇ ਬਾਅਦ ਫਿਰ ਇੱਥੇ ਆਪਾਂ ਦੁਬਾਰਾ ਕੰਮ ਸਟਾਰਟ ਕੀਤਾ ਉੱਥੇ ਵੀ ਫੂਡ ਦਾ ਹੀ ਕੰਮ ਹੁੰਦਾ ਸੀ ਕਿੰਨੇ ਤੋਂ ਕਿੰਨੇ ਖੁੱਲ੍ਹੀ ਹੁੰਦੀ ਹੈ ਦੁਕਾਨ ਸਵੇਰੇ 11 ਵਜੇ ਤੋਂ ਸਟਾਰਟ ਹੋ ਜਾਂਦਾ 11-12 ਵਜੇ ਤੋਂ ਰਾਤੀ ਫਿਰ 11 ਵੱਜ ਜਾਂਦੇ ਸਪੈਸ਼ਲ ਆਈਟਮਾਂ ਕਿਹੜੀ ਕਿਹੜੀ ਤੁਹਾਡੀ ਚਿਕਨ ਟਿੱਕਾ ਸੀ ਕਬਾਬ ਬਾਰਬੀਕਿਊ ਚਿਕਨ ਤੁਸੀਂ ਦੇਖ ਸਕਦੇ ਹੋ ਕੈਮਰਾ ਲਗਾ ਕੇ ਸਾਰੇ ਬੰਨੇ ਕਾਊਂਟਰ ਸਾਰੇ ਅਲੱਗ ਅਲੱਗ ਹੈਗੇ ਆ ਫਿਸ਼ ਦਾ ਕਾਊਂਟਰ ਅਲੱਗ ਆ ਤੰਦੂਰ ਦਾ ਅਲੱਗ ਆ ਰੋਟੀਆਂ ਦਾ ਅਲੱਗ ਆ ਬਟਰ ਚਿਕਨ ਅਲੱਗ ਆ ਚਿਕਨ ਟਿੱਕਾ ਅਲੱਗ ਆ ਸਾਰੇ ਦੇ ਕਾਊਂਟਰ ਅਲੱਗ ਅਲੱਗ ਹੈਗੇ ਤੇ ਭਾਜੀ ਕਹਿੰਦੇ ਸਾਡੇ ਅਗਲੀ ਸਪੈਸ਼ਲ ਪੇਸ਼ਕਸ਼ ਹੈਗੀ ਚਿਕਨ ਮਲਾਈ ਟਿੱਕਾ ਤੇ ਆਪਣਾ ਆ ਗਿਆ ਚਿਕਨ ਮਲਾਈ ਟਿੱਕਾ ਹੁਣ ਇਹਨੂੰ ਖਾ ਕੇ ਦੇਖਦੇ ਹਾਂ ਤੇ ਕਹਿੰਦੇ ਇਹ ਆ ਗਿਆ ਸਾਡਾ ਹੁਣ ਚਿਕਨ ਮਲਾਈ ਟਿੱਕਾ ਜੋ ਕਿ ਭਾਈ ਨੇ ਕਿਹਾ ਸਪੈਸ਼ਲ ਪੇਸ਼ਕਸ਼ ਸਾਡੀ ਤੇ ਮੈਂ ਖਾ ਕੇ ਦੇਖਦੇ ਹਾਂ ਕਿਆ ਬਾਤ ਆ ਮੈਂ ਕਹਿੰਦਾ ਪੂਰਾ ਲਾਜਵਾਬ ਮੱਖਣ ਦੇ ਵਿੱਚ ਏਡਾ ਭਰ ਭਰ ਕੇ ਪਾਇਆ ਨਾ ਤੇ ਟਿੱਕੇ ਤੁਸੀਂ ਇੱਧਰ ਜਿਹੜਾ ਕਿਲੋਆਂ ਦਾ ਹਿਸਾਬ ਟਿੱਕੇ ਮਿਲਦੇ ਨਾ ਉੱਦਾਂ ਮਿਲਦੇ ਆ ਬਾਕੀ ਫੈਮਿਲੀ ਸੀਟਿੰਗ ਵਗੈਰਾ ਵੀ ਸਾਰੀ ਇੱਧਰ ਹੈਗੀ ਅੰਦਰ
अंदर बह के भी बंदा खा सकता है, बाहर खड़े होकर भी खा सकता है, गड्डी भी खा सकता है, तो नाल इंजॉय कर सकता है वाला चिकन। तो मतलब जो स्नैक्स है ना वो इदा वा साहब तुम खाई जाओ खाई जाओ, तुम्हारा ढिड भर जूगा पर नीयत नहीं भरूगी खा के। ठीक है, तो हूँ आप स्नैक्स तो बाद आप हम मंगाई है रोटी। रोटी के भाजी कहते हूँ मैं तुम्हारे लिए लाऊंगा एक स्पैशल चिकन। स्पैशल चिकन पता नहीं नाम की है, नाम नहीं सूँ पता, नाम ने भाजी ने अपना गुप्त नाम रखा चिकन का, तो आप हम गुप्त नामी चिकन खाऊंगे, गुप्त नामी चिकन खाऊंगे आप हम। तो आप है नीटा चिकन कॉर्नर, बाकी हर जगह इधर भी चेक कर सकते नीट एंड नीटा हो ही पई है। तो जो भी तुम आना अमृतसर तो दिल्ली जाने वाले पास तुम फगवाड़े का पुल करी थले उतर जाना, थले उतर जाए फिर उपर चढ़ना, थले उतरूंगे ना तो चिकन खा के आप ही उपर चढ़ जाऊंगे, एडा स्वाद है चिकन। बाकी अपने प्लेटा सारिया पुन गंदिया इन हम आप साफ कराने, साफ करा के फिर आप मंगाने रोटी, मंगाइए रोटी तो रोटी खाने। दस दे रोटी वाले चिकन कि होंगे, बाकी रोटी वाले चिकन के कोल मैं हूँ गया वीडियो बना ली तो स्मैल मैं कि एड्डी घेंट आती भाई, एड्डी घेंट दिल करता कढ़ाई छत पा दो। ये आ गया है गाइस हमारा, तुम चेक कर सकते हो कौन सा चिकन है ये, तवा चिकन स्पेशल है ये। तवा चिकन आ गया, तो तवा चिकन के उपर तुम मक्खन चेक कर सकते हो पूरा भर भर के पाया मक्खन, मैंने हमने आप खा के देखते कहो जहा हूँ। गाइज जिन्ना मतलब मैं हल तक वीडियो बना के मैं खाण पीन का एक्सपीरियंस हो गया ना, आ चिकन तो बिना खाते मैं ग्रेवी देकर दस सकता कि एडा स्वाद चिकन वाला होने वाला ना, एडा स्वाद चिकन होने वाला ना, तो यार जो स्मैल है ना ओ हो मैं क्या यार एक चिकन लवर लिए स्मैल ना बस इश्क है इश्क। ठीक है, तो हूँ आप प्लेट च पाने रोटी, मैं क्या पूरी धनिया धुनिया पा के बनाई हुई है रोटी, मैं क्या बहुत ही स्वाद चिकन है जी, पूरा इश्क है जी इश्क, एडा स्वाद चिकन हो जलंधर च पहली बार इन्ना स्वाद चिकन खादा मैं, जलंधर तो 20 किलोमीटर दूर पर एडा स्वाद चिकन वो भी हाईवे से तुम्हें मिल जूगा, और की तुम्हें चाहिए जिंदगी चो, जिंदगी सफल है दोस्तों जिंदगी सफल, एडा स्वाद चिकन है यार ये वाला मक्खन ये पूरा भर भर के पाया हुआ, बाकी मक्खन पता नहीं सूँ शायद न्यूट्रलाइट लग रहा है मैं, बस जो कुछ भर के पाया आ चिकन के ना गाइज मतलब इदा वा पहले तं चिकन ने तंदूर च इदा तंदूरी किया हो फिर आप ग्रेवी च पाया आप नहीं इन्ह ने, तो मतलब एडा स्वाद है चिकन, तो बाकी जो तुम लग रहा मैं ज़्यादा ही तरीफा कर रहा ना जे पेड प्रमोशन है बिल्कुल पेड नहीं हैगी, मतलब मैं आप इधर आया क्योंकि मैं आप छोटे हम आना वा, तो जो आ चिकन है ना ये मैं अज तक नहीं खादा, अज तक आप आ गए थे एक चिकन मंगाने से बटर चिकन, तो अच्छा भाई ने कहा अपना स्पेशल बनाओ, तो उन्होंने सानू दिता तवा चिकन यार, इतने अगर तवा चिकन नहीं खादा ना की खादा यार, तुम फिर बहुत ही स्वाद है चिकन, 10 to 1000 पॉइंट वाली चीज़ है पूरे 1000। ठीक है, मतलब जोमैटो तो स्विगी से भी तुम्हें डिलीवरी मिल जाएगी जो तुम लोकल फगवाड़े से हो, बाकी जो फिर भी तुम लोकेशन एक करी नहीं समझ आ रही तो मैप से लिंक भी मिल जाएगा, तो डिस्क्रिप्शन भी तुम्हें फोन नंबर मिल जाएगा, तुम एक गल करके आ जाओ, बाकी एक करी जिदा तुम हाईवे थले आओगे ना जो ढाबे ने सारा जाम लगाया होगा वो नीटा चिकन कॉर्नर ही है। ठीक है, तो हूँ आप खा के हटे हैं, बहुत ही टेस्ट वधिया सेगा, हूँ आप चलते हैं अगे एक होर वीडियो बनाने सूँ जाना अगे, तो इस हम आप खत्म करते इस वीडियो ने इधर ही मिलता अगली अली वीडियो, तब तक गुड बाय।